ਮੈਨੂੰ ਲੱਗਦਾ ਵੀ ਉਹਨੂੰ ਇੰਨਾ ਥਾਂ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਕੰਗਣਾ ਨੂੰ, ਉਹ ਤਾਂ ਸਿਰਫ ਇਹ ਬਿਆਨ ਇਸ ਕਰਕੇ ਦਿੰਦੀ ਆ ਵੀ ਮੇਰਾ ਨਾਂ ਰੋਜ਼ ਚੱਲੀ ਜਾਵੇ, ਆਪਾਂ ਉਹਨੂੰ ਹੋਰ ਮਸ਼ਹੂਰ ਕਰ ਰਹੇ ਹਾਂ। ਵੈਸੇ ਤਾਂ ਉਹਦੀ ਪਾਰਟੀ ਵਾਲਿਆਂ ਨੇ, ਆਪਦਿਆਂ ਨੇ, ਹਰਿਆਣੇ ਵਾਲਿਆਂ ਨੇ ਇਤਰਾਜ਼ ਕੀਤਾ ਵੀ ਜਿਹੜਾ ਉਹਨੇ ਬਿਆਨ ਦਿੱਤਾ ਉਹਨੇ ਸਾਡੀਆਂ ਵੋਟਾਂ ਤੋੜ ਦੇਣੀਆਂ ਨੇ। ਜਿਹੜੇ ਇਹੋ ਜਿਹੇ ਅਨਸਰ ਨੇ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚਮਕਾਉਣ ਦੀ ਖਾਤਰ, ਉਹ ਇਹ ਨਹੀਂ ਦੇਖਦੇ ਹੁੰਦੇ ਵੀ ਮੈਂ ਕਿਹਦਾ ਨੁਕਸਾਨ ਕਰ ਰਿਹਾ। ਉਹਦੇ ਕਰਕੇ ਹੁਣ ਕਿਸੇ MP ਦਾ ਝੱਟ ਚੁਣਦਿਆਂ ਸਾਰ ਥੱਪੜ ਪੈਂਦਾ ਦੇਖਿਆ, ਉਹਦੀ ਇਹ ਜ਼ਬਾਨ ਦੇ ਛਿੱਟੇ ਆ। ਜੇ ਕਿਸੇ ਬੰਦੇ ਨੇ ਕੋਈ ਕਿਸੇ ਵਾਸਤੇ ਮਾੜਾ ਬੋਲਦਾ, ਘੱਟੋ ਘੱਟ ਇਸ ਤਰ੍ਹਾਂ ਦੀ ਹਾਲਤ, ਅਸੀਂ ਚੰਡੀਗੜ੍ਹ ਬੈਠੇ ਹਾਂ, ਸਾਲ ਬੈਠੇ ਹਾਂ ਉੱਥੇ, ਸਾਲ ਬੈਠੇ ਲੋਕਾਂ ਨੂੰ ਹੁਣ ਤੱਕ ਸਾਨੂੰ ਗੁਆਂਢੀ ਆਂਢੀ ਯਾਦ ਕਰਦੇ ਨੇ ਵੀ ਯਾਰ ਕਿਸਾਨ ਅੰਦੋਲਨ ਦੇ ਵਿੱਚ ਆਉਂਦੇ, ਸਾਨੂੰ ਹੁਣ ਵੀ ਹੱਥੀਂ ਸ਼ਾਮਾਂ ਆਉਂਦੀਆਂ ਨੇ। ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਕੱਟ ਕੇ ਜਾਓ, ਦੂਜਾ ਕਹਿੰਦਾ ਰਾਤ ਸਾਡੇ ਕੱਟ ਕੇ ਆਓ, ਆਪਣੇ ਨਾਲ ਰਿਸ਼ਤੇਦਾਰਾਂ ਦੀ ਤਰ੍ਹਾਂ ਉਹ ਵਰਤਦੇ ਨੇ। ਜੇ ਕਿਸਾਨ ਅੰਦੋਲਨ ਇਹੋ ਜਿਹਾ ਨੁਕਸਾਨ ਕਰਦਾ, ਉਹਨਾਂ ਨੂੰ ਕੌਣ ਯਾਦ ਕਰਦਾ? ਤੁਸੀਂ ਹਰਿਆਣੇ ਦੇ ਜਾਟ ਅੰਦੋਲਨ ਨੂੰ ਯਾਦ ਕਰ ਲਓ, ਲੋਕ ਥਰ ਥਰ ਕੰਬਦੇ ਨੇ ਜਾਟ ਅੰਦੋਲਨ ਤੋਂ, ਕਿਉਂਕਿ ਉੱਥੇ ਉਹਨਾਂ ਨੇ ਜਿਹੋ ਜਿਹਾ ਹਾਲਤ ਕੀਤੀ ਲੋਕਾਂ ਦੀ, ਜਿਹੋ ਜਿਹਾ ਉੱਥੇ ਅਤਿਆਚਾਰ ਹੋਇਆ। ਤੇ ਕਿੱਥੇ ਹੈ ਸਾਡਾ ਅੰਦੋਲਨ ਜਿਹਨੂੰ ਕੰਗਣਾ ਰਾਉਤ ਵਰਗੇ ਮਤਲਬ ਭਿੰਡ ਕੇ ਇਹਨੂੰ ਐਂ ਬਣਾਉਣਾ ਚਾਹੁੰਦੇ ਨੇ ਵੀ ਬੰਗਲਾਦੇਸ਼ ਵਰਗੀ ਹਾਲਤ ਬਣਾ ਦਿੰਦੇ ਉਹ? ਤੁਹਾਨੂੰ ਤਾਂ ਬਾਈ ਯਾਦ ਕਰਦੇ ਨੇ, ਉਹ ਤਾਂ ਝਾੜ ਰੋਂਦੇ ਨੇ ਹੁਣ ਤੱਕ। ਮੈਨੂੰ ਲੱਗਦਾ ਵੀ ਉਹਨੂੰ ਇੰਨਾ ਥਾਂ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਕੰਗਣਾ ਨੂੰ, ਉਹ ਤਾਂ ਸਿਰਫ ਇਹ ਬਿਆਨ ਇਸ ਕਰਕੇ ਦਿੰਦੀ ਆ ਵੀ ਮੇਰਾ ਨਾਂ ਰੋਜ਼ ਚੱਲੀ ਜਾਵੇ, ਆਪਾਂ ਉਹਨੂੰ ਹੋਰ ਮਸ਼ਹੂਰ ਕਰ ਰਹੇ ਹਾਂ। ਵੈਸੇ ਤਾਂ ਉਹਦੀ ਪਾਰਟੀ ਵਾਲਿਆਂ ਨੇ, ਆਪਦਿਆਂ ਨੇ, ਹਰਿਆਣੇ ਵਾਲਿਆਂ ਨੇ ਇਤਰਾਜ਼ ਕੀਤਾ ਵੀ ਜਿਹੜਾ ਉਹਨੇ ਬਿਆਨ ਦਿੱਤਾ ਉਹਨੇ ਸਾਡੀਆਂ ਵੋਟਾਂ ਤੋੜ ਦੇਣੀਆਂ ਨੇ। ਜਿਹੜੇ ਇਹੋ ਜਿਹੇ ਅਨਸਰ ਨੇ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚਮਕਾਉਣ ਦੀ ਖਾਤਰ, ਉਹ ਇਹ ਨਹੀਂ ਦੇਖਦੇ ਹੁੰਦੇ ਵੀ ਮੈਂ ਕਿਹਦਾ ਨੁਕਸਾਨ ਕਰ ਰਿਹਾ। ਉਹਦੇ ਕਰਕੇ ਹੁਣ ਕਿਸੇ MP ਦਾ ਝੱਟ ਚੁਣਦਿਆਂ ਸਾਰ ਥੱਪੜ ਪੈਂਦਾ ਦੇਖਿਆ, ਉਹਦੀ ਇਹ ਜ਼ਬਾਨ ਦੇ ਛਿੱਟੇ ਆ। ਜੇ ਕਿਸੇ ਬੰਦੇ ਨੇ ਕੋਈ ਕਿਸੇ ਵਾਸਤੇ ਮਾੜਾ ਬੋਲਦਾ, ਘੱਟੋ ਘੱਟ ਇਸ ਤਰ੍ਹਾਂ ਦੀ ਹਾਲਤ, ਅਸੀਂ ਚੰਡੀਗੜ੍ਹ ਬੈਠੇ ਹਾਂ, ਸਾਲ ਬੈਠੇ ਹਾਂ ਉੱਥੇ, ਸਾਲ ਬੈਠੇ ਲੋਕਾਂ ਨੂੰ ਹੁਣ ਤੱਕ ਸਾਨੂੰ ਗੁਆਂਢੀ ਆਂਢੀ ਯਾਦ ਕਰਦੇ ਨੇ ਵੀ ਯਾਰ ਕਿਸਾਨ ਅੰਦੋਲਨ ਦੇ ਵਿੱਚ ਆਉਂਦੇ, ਸਾਨੂੰ ਹੁਣ ਵੀ ਹੱਥੀਂ ਸ਼ਾਮਾਂ ਆਉਂਦੀਆਂ ਨੇ। ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਕੱਟ ਕੇ ਜਾਓ, ਦੂਜਾ ਕਹਿੰਦਾ ਰਾਤ ਸਾਡੇ ਕੱਟ ਕੇ ਆਓ, ਆਪਣੇ ਨਾਲ ਰਿਸ਼ਤੇਦਾਰਾਂ ਦੀ ਤਰ੍ਹਾਂ ਉਹ ਵਰਤਦੇ ਨੇ। ਜੇ ਕਿਸਾਨ ਅੰਦੋਲਨ ਇਹੋ ਜਿਹਾ ਨੁਕਸਾਨ ਕਰਦਾ, ਉਹਨਾਂ ਨੂੰ ਕੌਣ ਯਾਦ ਕਰਦਾ? ਤੁਸੀਂ ਹਰਿਆਣੇ ਦੇ ਜਾਟ ਅੰਦੋਲਨ ਨੂੰ ਯਾਦ ਕਰ ਲਓ, ਲੋਕ ਥਰ ਥਰ ਕੰਬਦੇ ਨੇ ਜਾਟ ਅੰਦੋਲਨ ਤੋਂ, ਕਿਉਂਕਿ ਉੱਥੇ ਉਹਨਾਂ ਨੇ ਜਿਹੋ ਜਿਹਾ ਹਾਲਤ ਕੀਤੀ ਲੋਕਾਂ ਦੀ, ਜਿਹੋ ਜਿਹਾ ਉੱਥੇ ਅਤਿਆਚਾਰ ਹੋਇਆ। ਤੇ ਕਿੱਥੇ ਹੈ ਸਾਡਾ ਅੰਦੋਲਨ ਜਿਹਨੂੰ ਕੰਗਣਾ ਰਾਉਤ ਵਰਗੇ ਮਤਲਬ ਭਿੰਡ ਕੇ ਇਹਨੂੰ ਐਂ ਬਣਾਉਣਾ ਚਾਹੁੰਦੇ ਨੇ ਵੀ ਬੰਗਲਾਦੇਸ਼ ਵਰਗੀ ਹਾਲਤ ਬਣਾ ਦਿੰਦੇ ਉਹ? ਤੁਹਾਨੂੰ ਤਾਂ ਬਾਈ ਯਾਦ ਕਰਦੇ ਨੇ, ਉਹ ਤਾਂ ਝਾੜ ਰੋਂਦੇ ਨੇ ਹੁਣ ਤੱਕ। ਮੈਨੂੰ ਲੱਗਦਾ ਵੀ ਉਹਨੂੰ ਇੰਨਾ ਥਾਂ ਆਪਾਂ ਨੂੰ ਨਹੀਂ ਦੇਣਾ ਚਾਹੀਦਾ ਕੰਗਣਾ ਨੂੰ, ਉਹ ਤਾਂ ਸਿਰਫ ਇਹ ਬਿਆਨ ਇਸ ਕਰਕੇ ਦਿੰਦੀ ਆ ਵੀ ਮੇਰਾ ਨਾਂ ਰੋਜ਼ ਚੱਲੀ ਜਾਵੇ, ਆਪਾਂ ਉਹਨੂੰ ਹੋਰ ਮਸ਼ਹੂਰ ਕਰ ਰਹੇ ਹਾਂ। ਵੈਸੇ ਤਾਂ ਉਹਦੀ ਪਾਰਟੀ ਵਾਲਿਆਂ ਨੇ, ਆਪਦਿਆਂ ਨੇ, ਹਰਿਆਣੇ ਵਾਲਿਆਂ ਨੇ ਇਤਰਾਜ਼ ਕੀਤਾ ਵੀ ਜਿਹੜਾ ਉਹਨੇ ਬਿਆਨ ਦਿੱਤਾ ਉਹਨੇ ਸਾਡੀਆਂ ਵੋਟਾਂ ਤੋੜ ਦੇਣੀਆਂ ਨੇ। ਜਿਹੜੇ ਇਹੋ ਜਿਹੇ ਅਨਸਰ ਨੇ ਪਾਰਟੀਆਂ ਦੇ ਵਿੱਚ ਬੈਠੇ ਆਪਾਂ ਚਮਕਾਉਣ ਦੀ ਖਾਤਰ, ਉਹ ਇਹ ਨਹੀਂ ਦੇਖਦੇ ਹੁੰਦੇ ਵੀ ਮੈਂ ਕਿਹਦਾ ਨੁਕਸਾਨ ਕਰ ਰਿਹਾ। ਉਹਦੇ ਕਰਕੇ ਹੁਣ ਕਿਸੇ MP ਦਾ ਝੱਟ ਚੁਣਦਿਆਂ ਸਾਰ ਥੱਪੜ ਪੈਂਦਾ ਦੇਖਿਆ, ਉਹਦੀ ਇਹ ਜ਼ਬਾਨ ਦੇ ਛਿੱਟੇ ਆ। ਜੇ ਕਿਸੇ ਬੰਦੇ ਨੇ ਕੋਈ ਕਿਸੇ ਵਾਸਤੇ ਮਾੜਾ ਬੋਲਦਾ, ਘੱਟੋ ਘੱਟ ਇਸ ਤਰ੍ਹਾਂ ਦੀ ਹਾਲਤ, ਅਸੀਂ ਚੰਡੀਗੜ੍ਹ ਬੈਠੇ ਹਾਂ, ਸਾਲ ਬੈਠੇ ਹਾਂ ਉੱਥੇ, ਸਾਲ ਬੈਠੇ ਲੋਕਾਂ ਨੂੰ ਹੁਣ ਤੱਕ ਸਾਨੂੰ ਗੁਆਂਢੀ ਆਂਢੀ ਯਾਦ ਕਰਦੇ ਨੇ ਵੀ ਯਾਰ ਕਿਸਾਨ ਅੰਦੋਲਨ ਦੇ ਵਿੱਚ ਆਉਂਦੇ, ਸਾਨੂੰ ਹੁਣ ਵੀ ਹੱਥੀਂ ਸ਼ਾਮਾਂ ਆਉਂਦੀਆਂ ਨੇ। ਜੇ ਰਾਤ ਰਹਿਣੀ ਹੋਵੇ ਉਹ ਕਹਿੰਦੇ ਰਾਤ ਸਾਡੇ ਕੱਟ ਕੇ ਜਾਓ, ਦੂਜਾ ਕਹਿੰਦਾ ਰਾਤ ਸਾਡੇ ਕੱਟ ਕੇ ਆਓ, ਆਪਣੇ ਨਾਲ ਰਿਸ਼ਤੇਦਾਰਾਂ ਦੀ ਤਰ੍ਹਾਂ ਉਹ ਵਰਤਦੇ ਨੇ। ਜੇ ਕਿਸਾਨ ਅੰਦੋਲਨ ਇਹੋ ਜਿਹਾ ਨੁਕਸਾਨ ਕਰਦਾ, ਉਹਨਾਂ ਨੂੰ ਕੌਣ ਯਾਦ ਕਰਦਾ? ਤੁਸੀਂ ਹਰਿਆਣੇ ਦੇ ਜਾਟ ਅੰਦੋਲਨ ਨੂੰ ਯਾਦ ਕਰ ਲਓ, ਲੋਕ ਥਰ ਥਰ ਕੰਬਦੇ ਨੇ ਜਾਟ ਅੰਦੋਲਨ ਤੋਂ, ਕਿਉਂਕਿ ਉੱਥੇ ਉਹਨਾਂ ਨੇ ਜਿਹੋ ਜਿਹਾ ਹਾਲਤ ਕੀਤੀ ਲੋਕਾਂ ਦੀ, ਜਿਹੋ ਜਿਹਾ ਉੱਥੇ ਅਤਿਆਚਾਰ ਹੋਇਆ। ਤੇ ਕਿੱਥੇ ਹੈ ਸਾਡਾ ਅੰਦੋਲਨ ਜਿਹਨੂੰ ਕੰਗਣਾ ਰਾਉਤ ਵਰਗੇ ਮਤਲਬ ਭਿੰਡ ਕੇ ਇਹਨੂੰ ਐਂ ਬਣਾਉਣਾ ਚਾਹੁੰਦੇ ਨੇ ਵੀ ਬੰਗਲਾਦੇਸ਼ ਵਰਗੀ ਹਾਲਤ ਬਣਾ ਦਿੰਦੇ ਉਹ? ਤੁਹਾਨੂੰ ਤਾਂ ਬਾਈ ਯਾਦ ਕਰਦੇ ਨੇ, ਉਹ ਤਾਂ ਝਾੜ ਰੋਂਦੇ ਨੇ ਹੁਣ ਤੱਕ।